जी सर। अच्छा, वेरी गुड हो गया। कोई सवाल है तो बता दो। पेज नंबर मैं जरा स्क्रीन शेयर कर देना। नहीं है तो कोई गल नहीं, चौथा सवाल हल कराओ जी, अभी पता चल जाता है। चौथा सवाल वेरोए या फालसोए, ताज़ा ताज़ा पढ़िया जे ना। एस सिग्नल का सवाल है, टायर दा, और वेरोए या फालसोए जी। Il segnale raffigurato con pannello integrativo indica la distanza a cui si trova un'officina per montare le catene. जी फिर दोबारा सुनो। Il segnale raffigurato con pannello integrativo indica la distanza a cui si trova un'officina per montare le catene. Vero o falso? Se falso. Falso ਦੇ ਦੋ ਵੋਟ ਆ ਗਏ ਨੇ ਜੀ। ਬਸ ਜੈਂਟਸ ਸੁੱਤੇ ਪਏ ਨੇ, ਆਰਾਮ ਫਰਮਾ ਰਹੇ ਨੇ। ਹਾਂਜੀ, ਦੋ ਜੈਂਟਸ ਦੇ ਵੋਟ ਹੋ ਜਾਣ ਫਿਰ ਮੈਂ ਦੱਸਣਾ ਕਿ ਗੱਲ ਠੀਕ ਹੈ ਜਾਂ ਗਲਤ ਹੈ। ਮੁਕਾਬਲਾ ਬੜਾ ਸਖਤ ਹੈ, ਕਹਿ ਰਹੇ ਨੇ ਜੀ ਸਵਾਲ ਫਾਲਸੋ ਹੈ। ਪਰ ਫਾਲਸੋ ਫਾਲਸੋ ਦੇ 3 ਵੋਟ ਹੋ ਗਏ। ਅੱਛਾ, ਮਤਲਬ ਕੌਣ ਦੱਸੇਗਾ ਹੁਣ? ਪਤਾ ਲੱਗਦਾ ਹੈ, ਹੁਣ ਪਤਾ ਲੱਗਣਾ ਹੈ ਸਵਾਲ ਨੰਬਰ 4 ਦਾ ਮਤਲਬ ਕੀ ਹੈ। ਸ਼ਾਬਾਸ਼। ਸਰ, ਇਹਦੇ ਵਿੱਚ ਡਿਸਟੈਂਸਾਂ ਬਾਰੇ ਗੱਲ ਕੀਤੀ ਗਈ ਆ ਤੇ ਟਾਇਰਾਂ ਦੇ ਵਿੱਚ ਇਹਦੇ ਬਾਰੇ ਕੋਈ ਉਹ ਨਹੀਂ ਹੈਗਾ। ਕੋਈ ਉਹ ਨਹੀਂ ਹੈਗਾ, ਵੈਰੀ ਗੁੱਡ। ਸਵਾਲ ਚ ਕਿਹਾ ਜਾ ਰਿਹਾ ਕਿ ਬਾਈ ਓਫੀਚੀਨਾ, ਓਫੀਚੀਨਾ ਕੀ ਚੀਜ਼ ਹੁੰਦੀ ਹੈ? ਅਰਜੀ ਆ ਜਿਹੜਾ ਗੱਡੀਆਂ ਦਾ ਗਰਾਜ ਹੁੰਦਾ ਸਹੀ ਕਰਨਾ। ਅੱਛਾ, ਵੈਰੀ ਗੁੱਡ। ਅਲੀ ਸਾਹਿਬ ਲੈ ਗਏ ਨੰਬਰ, ਦਲਜੀਤ ਕੌਰ ਜੀ ਲੈ ਗਏ ਨੰਬਰ। ਲੋ ਜੀ, ਮੁਸ਼ਕਲ ਸਵਾਲ ਆਉਣ ਲੱਗਾ, ਜੇ ਹੋ ਜਾਓ ਫਿਰ ਤਿਆਰ ਸਵਾਲ ਨੰਬਰ 1 ਨਾਲ ਕਰਾਓ। ਇਹ ਟਾਇਰਾਂ ਦੇ ਬਾਰੇ ਸਵਾਲ ਹੈ। ਸਿੱਤਰ ਵਸਤਾ ਦੇ ਕੇ ਭਰਤੀ ਬਰਾ ਰਿਕਨ ਦਿਸਣ ਨੂੰ ਸੋਨੇ ਨੂੰ ਗਿਆ ਸੀ ਕਿ ਸਿੱਤਰ ਵਸਤਾ। ਹਾਂਜੀ ਸਰ ਜੀ, ਵੇਰੋ ਆ ਵੇਰੋ ਕਹਿ ਰਹੇ ਨੇ ਫਿਰ Il segnale raffigurato si trova su strade che in particolari condizioni sono innevate o ghiacciate. ਜੀ ਭਾਈ ਵੇਰੋ ਸਰ ਜੀ, ਤੇ ਕਹਿੰਦਾ ਆ ਪਿਆ ਕਿ ਸਿਆਂ ਤੁਹਾਨੂੰ ਲੱਭਣਾ ਉਹਨਾਂ ਸੜਕਾਂ ਤੇ ਕਿ ਜਿਨ੍ਹਾਂ ਤੇ ਬਰਫ਼ ਤੇ ਜਾਂ ਗਿੱਲੀਆਂ ਗਿੱਲੀਆਂ ਹੁੰਦੀਆਂ, ਮਤਲਬ ਗਿਆ ਚਾਤੇ ਹੁੰਦੇ ਨੇ, ਜੰਮੀ ਹੁੰਦੀ ਹੈ ਬਰਫ਼, ਜਾਂ ਜਿੱਥੇ ਨੇਵੇ ਪਈ ਹੁੰਦੀ ਬਰਫ਼ ਪਈ ਹੁੰਦੀ। ਅੱਛਾ ਜੀ, ਵੇਰੋ ਕਹਿ ਰਹੇ ਨੇ ਜੀ, ਕੋਈ ਹੋਰ ਸਟੂਡੈਂਟ ਦੱਸੇਗਾ? ਓ ਓ ਓ ਓ, ਜਲਦੀ ਕਰੋ। ਸ਼ਾਬਾਸ਼। ਵੇਰੋ ਜਾਂ ਫਾਲਸੋ? ਵੇਰੋ ਵੇਰੋ ਦੇ 2 ਵੋਟ ਆ ਗਏ ਨੇ ਬਈ। ਸਵਾਲ ਵਾਕਈ ਵੇਰੋ, ਤੁਸੀਂ ਬਈ ਬਹੁਤ ਬਰਾਵੀ ਹੋ। ਅੱਛਾ ਚਲੋ, ਆਓ ਹਾਂ ਅੱਗੇ ਚਲੀਏ। ਔਖਾ ਪੇਜ ਮੈਂ ਕੱਢਣ ਲੱਗਾ, ਜੇ ਹੋ ਜਾਓ ਤੁਸੀਂ ਤਿਆਰ। ਇਸ ਤੇ ਚਿਕਲਾ ਬਿਲੇ ਦੇ ਬਾਰੇ, ਐਸ ਸਿਗਨਲ ਦੇ ਬਾਰੇ ਸਵਾਲ ਨੇ। ਔਰ 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 ਮੁਸ਼ਕਲ ਸਵਾਲ ਕੱਢੀਏ ਕਿ ਆਸਾਨ? ਦੱਸੋ ਜੀ ਸਟੂਡੈਂਟ, ਮੁਸ਼ਕਲ ਸਵਾਲ ਕਿ ਆਸਾਨ? ਸਰ ਜੀ, ਮੁਸ਼ਕਲ ਪੁੱਛੋ, ਆਸਾਨ ਤੇ ਆ ਜਾਂਦੇ ਨੇ। ਮੁਸ਼ਕਲ ਪੁੱਛੋ, ਸਵਾਲ ਜਰਾ ਸਾਡੀ ਰਹਿਨਮਾਈ ਹੋ ਜੀ। ਇਹ 5ਵਾਂ ਸਵਾਲ। Il segnale raffigurato è posto in corrispondenza di una pista riservata alle biciclette e ai ciclomotori. Dal falso. Falso, ਸਰ ਜੀ, ਤੇ ਵੋਟ ਆ ਗਏ ਸਾਰੇ। ਹੋਏ 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 ਤੇ ਭਾਵੇਂ ਸਾਰੇ ਫੇਲ ਹੋ ਜਾਣ ਫਿਰ। Il segnale raffigurato è posto in corrispondenza di una pista riservata alle biciclette e ai ciclomotori. ਫਾਲਸੋ ਸਾਈਕਲਾਂ ਵਾਸਤੇ ਵੇ ਕੇ, ਮਤਲਬ ਮੋਟਰਸਾਈਕਲ ਚੀਕਲੋ ਮਤੋਰੀ ਵਾਸਤੇ ਨਹੀਂ ਆ। ਚਿਕਲੋ ਮਤੋਰੀ ਨਹੀਂ ਸੀ ਆਣਾ ਚਾਹੀਦਾ। ਅੱਛਾ, ਆ ਗਿਓ ਬਈ। Il segnale raffigurato è posto in corrispondenza di una pista riservata alle biciclette e ai ciclomotori. ਅੱਛਾ ਫਿਰ ਚਲੋ, ਮੁਸ਼ਕਿਲ ਸਵਾਲ ਆ ਹੀ ਗਿਆ, ਜੇ ਕੀ ਯਾਦ ਕਰੋਗੇ? ਸਵਾਲ ਨੰਬਰ 10ਵਾਂ ਸੁਣੋ ਜੀ। Il segnale raffigurato è posto in corrispondenza di un percorso consentito al transito di pedoni e di biciclette. Falso, sir, di falso. Falso, ਕਹਿ ਰਹੇ ਨੇ। ਇੱਕ ਵਾਰ ਸਾਈਕਲਾਂ ਵਾਸਤੇ ਆ, ਪਿਆਦਲਾਂ ਵਾਸਤੇ ਪੈਦੋਨੀ ਨਹੀਂ ਕਹਿਣਾ ਚਾਹੀਦਾ। ਪੈਦੋਨੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਸਿਗਨਲ ਕਿਹੜਾ ਹੈਗਾ? ਸਿਗਨਲ ਹੈਗਾ ਸੀ। ਹਾਂ ਕੀ ਗੱਲ ਦੇ ਵਿੱਚ ਕਿ ਅੱਛਾ ਮਤਲਬ ਕੌਣ ਦੱਸੇਗਾ? ਤੁਸੀਂ ਨਹੀਂ, ਅਲੀ ਕੋਈ ਹੋਰ ਸਟੂਡੈਂਟ ਚੇਂਜ ਕਰੋ। ਮਤਲਬ ਕਿਆ ਹੈ ਸਵਾਲ ਨੰਬਰ 10 ਦਾ? ਬੋਲੋ ਜੀ। ਪੈਦਲ ਔਰ ਸਾਈਕਲ ਜਾਂਦੇ ਨੇ, ਲੇਕਿਨ ਸਿਰਫ ਸਾਈਕਲ ਜਾ ਰਹੇ ਨੇ, ਪੈਦਲ ਨਹੀਂ ਜਾ ਰਹੇ। ਦੋਵਾਂ ਨੂੰ। ਅੱਛਾ ਅੱਛਾ, ਆ ਗਏ ਬਾਈ ਤੁਸੀਂ ਬਹੁਤ। ਕੋਈ ਗੱਲ ਨਹੀਂ ਵੀ, ਹਮ ਆਪਕੋ ਪਕੜੇਂਗੇ। ਗਲਤੀ ਮੈਨੇ ਆਪਕੇ ਨਿਕਾਲ ਕੇ ਛੋੜਨੀ ਹੈ। ਸਟੂਡੈਂਟਸ ਹੋ ਜਾਓ ਜ਼ਰਾ ਤਿਆਰ। ਮੁਸ਼ਕਿਲ ਸਵਾਲ ਆਉਂਦਾ।
ਹੈ ਮੇਰੀ ਕਿਤੇ ਮਾਈਕ ਆਫ ਕਰੋ ਜਿਹਦੇ ਸ਼ੋਰ ਹੈ ਖੜਖੜ ਜਿਹਦੇ ਆਵਾਜ਼ ਪਲੀਜ਼ ਜ਼ਰਾ ਸਾਨੂੰ ਬਿਲਕੁਲ ਖਾਮੋਸ਼ ਦਿਓਗੇ ਨਾ ਮਾਹੌਲ ਅਸੀਂ ਫਿਰ ਜ਼ੀਰਾਂਗੇ ਮੁਸ਼ਕਿਲ ਸਵਾਲ ਮੈਂ ਪੁੱਛਣਾ ਸਟੂਡੈਂਟ ਨੂੰ ਪਸਾਣਾ ਮੈਂ ਵੇਖਾਂ 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 ਕਿਹੜਾ ਸਵਾਲ ਹੋਣਾ ਚਾਹੀਦਾ ਹੈ ਉਹ ਰੈਡੀ ਹੋ ਨਾ ਮੁਸ਼ਕਿਲ ਸਵਾਲ ਆਉਣ ਲੱਗਾ ਜੇ ਕਿਹੜਾ 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 ਮੇਰਾ ਖਿਆਲ ਚੌਥਾ ਸਵਾਲ ਠੀਕ ਹੈ ਇਹਦੇ ਚ ਇਹਨਾਂ ਨੇ ਕਾਬੂ ਆ ਹੀ ਜਾਣਾ ਲੋ ਜੀ ਸੁਣੋ ਦੋ ਵਾਰੀ ਸੁਣਨਾ ਫਿਰ ਬੋਲਣਾ Il segnale raffigurato è posto in corrispondenza della fine di un itinerario percorribile solo con biciclette. Ferson. Il segnale raffigurato è posto in corrispondenza della fine di un itinerario percorribile solo con biciclette. Un dasso ji. Signale ga je cycle khatam ho gaya cycle da yani rasta aur swal hega si a. Ek vari sun ke un jawab. Il segnale raffigurato è posto in corrispondenza della fine di un itinerario percorribile solo con biciclette. ਆਪਣੀ ਗੱਲ ਬੱਚਿਆਂ ਦਾ ਪਲੀਜ਼ ਅੱਛਾ ਜੀ ਮੇਰੇ ਹਿਸਾਬ ਨਾਲ ਕਹਿ ਰਿਹਾ ਕਿ ਜਿਹੜਾ ਸਿਗਨਲ ਟ੍ਰਾਫਿਗੁਰਾ ਤੋਂ ਦੇਖ ਰਹੇ ਹੋ ਪੋਸਟ ਤੋਂ ਲੱਗ ਜਾਂਦਾ ਹੈ ਕੋਰਿਸਪੋਂਡੈਂਸ ਆ ਮੌਕੇ ਤੇ ਦੇਲਾਫੀਨੇ ਜਿੱਥੇ ਖਤਮ ਹੋ ਜਾਂਦਾ ਹੈ ਇਤਿਨਰਾਰੀਓ ਰਸਤਾ ਬੀਬੀ ਲੈ ਚੱਲਣੇ ਵਾਲਾ ਸੋਲੋ ਕਲੇਤੇ ਦਾ ਰਸਤਾ ਕਿਹੜੇ ਹੁੰਦਾ ਹੈ ਉੱਥੇ ਅਸੀਂ ਲਾਨੇ ਆ ਸਵਾਲ ਵੇਰੋ ਹੈ ਭਾਈ ਇਸ ਸਿਗਨਲ ਟ੍ਰਾਫਿਗੁਰਾ ਤੋਂ ਪੋਸਟ ਇਨ ਕੋਰਿਸਪੋਂਡੈਂਸ ਆ ਦੇ ਇਹ ਫਾਲਸ ਵਾਲੇ ਭੈਣ ਹੋ ਰੀਫੇਲ ਹੋ ਗਏ ਕੋਈ ਗੱਲ ਨਹੀਂ ਅਫਸੋਸ ਹੈ ਜੀ ਭੈਣ ਜੀ ਨਹੀਂ ਪੜਿਆ ਲੋ ਜੀ ਸਵਾਲ ਫੇਰ ਔਖਾ ਜੇ ਵੇਖ ਲਿਆ ਜੇ ਸੋਚ ਕੇ ਜਵਾਬ ਦੇਣਾ ਐਵੇਂ ਸੁਣੋ ਜੀ ਦੋ ਵਾਰੀ ਸੁਣੋ ਪਹਿਲਾਂ Il segnale raffigurato è posto in corrispondenza della fine delle corsie riservate ai pedoni e alle biciclette. Mike nu apne muh to dur rakho vich shaanshan di awaz saansan di awaz na vich aave. Awaz taadi ki aayegi Mike. Falso. Ji keh rahe ne falso e Manu zara phir sun deo. Il segnale raffigurato è posto in corrispondenza della fine delle corsie riservate ai pedoni e alle biciclette. ਫਾਲਸੋ ਕਹਿ ਰਹੇ ਨੇ ਕਹਿੰਦੇ ਜਿਹੜਾ ਸਿਗਨਲ ਰਾਫੀਗੁਰਾ ਤੋਂ ਦੇਖ ਰਹੇ ਹੋ ਉਸ ਤੋਂ ਲੱਗ ਜਾਂਦਾ ਇਨ ਕੋਰਿਸਪੋਂਡੈਂਸ ਆ ਮੌਕੇ ਤੇ ਦੇ ਲਫਰ ਵੇਰੋ ਕੁਰਸੀਆ ਜਿਹੜਾ ਰਿਸੇ ਦੋਨੀ ਔਰ ਬਿਚਿਕਲੇਤੇ ਦਾ ਇੱਕ ਭੈਣ ਹੋਰੀ ਕਹਿ ਰਹੇ ਨੇ ਵੇਰੋ ਬਾਕੀ ਕਹਿ ਰਹੇ ਨੇ ਫਾਲਸੋ ਆ ਸਰ ਫਾਲਸੋ ਉਹ ਬਾਜੀ ਫਾਲਸੋ ਜੀ ਵੇਰੋ ਵਾਲੇ ਬਾਜੀ ਹੋਰੀ ਫੇਲ ਹੋ ਗਏ ਉਹ ਫੀਨੇ ਨਹੀਂ ਸੀ ਨਾ ਆਣਾ ਚਾਹੀਦਾ ਇਹ ਪਰੋਲਾ ਗਲਤ ਲੱਗਿਆ ਨਾ ਬਹਰਹਾਲ ਚਲੋ ਕੋਈ ਗੱਲ ਨੀ ਅਫਸੋਸ ਹੋਇਆ ਭੈਣ ਜੀ ਅੱਲਾ ਦੀ ਮਰਜ਼ੀ ਸੀ ਕੋਈ ਗੱਲ ਨੀ ਲਾਲ ਪੱਟੀ ਵੇਖਿਆ ਜੇ ਇਹ ਜਿਵੇਂ ਇਹ ਤੁਸੀਂ ਅਗਲੇ ਪੇਜ ਤੇ ਦੇਖ ਰਹੇ ਹੋ ਲੋ ਵੈਰੀ ਗੁੱਡ ਹੋ ਗਿਆ ਫਿਰ ਕਰ ਲੋ ਆਰਾਮ ਅਕਾਂਤੋ ਦਾ ਮਾਨੀ ਕੀ ਹੈ ਦੱਸੋਗੇ ਅਕਾਂਤੋ ਦਾ ਮਤਲਬ ਹੁੰਦਾ ਅਲੱਗ ਅਲੱਗ ਆਏ ਨਾਲ ਨਾਲ ਵੱਖਰੇ ਵੱਖਰੇ ਗੁੱਡ ਗੁੱਡ ਅੱਛਾ ਚਲੋ ਮਾਂ ਨੀ ਪੁੱਛਣੇ ਆ ਤੁਹਾਡੇ ਕੋਲੋਂ ਵੇਖਨੇ ਆ ਤੁਹਾਨੂੰ ਆਉਂਦਾ ਕਿ ਨਹੀਂ ਜੋ ਹੀ ਲੱਗੇ ਨਾ ਤੁਹਾਨੂੰ ਕਿ ਸ਼ੋਰ ਹੈ ਮੇਰੇ ਮਾਈਕ 'ਚ ਜਾਂ ਕਮਰੇ 'ਚ ਤੇ ਉਸੇ ਮਾਈਕ ਬੰਦ ਕਰ ਲਓ ਤੁਸੀਂ ਬਹੁਤ ਸ਼ਹਿਜ਼ਾਦੇ ਲੋਕ ਹੋ ਬੜਾ ਖਿਆਲ ਰੱਖਦੇ ਹੋ ਡਿਸਿਪਲਨ ਦਾ ਅੱਛਾ ਭਾਈ ਮੁਸ਼ਕਲ ਫਿਰ ਕੋਰਿਸਪੋਂਡੈਂਟ ਦਾ ਮਾਂ ਨੀ ਦੱਸੇਗਾ ਉਹਨੇ ਬਣਨਾ ਜੀ ਬਰਾਵੋ ਅੱਜ ਮੌਕੇ ਤੇ ਲੱਗਣਾ ਮੌਜੂਦ ਹੋਣਾ ਉੱਤੇ ਅੱਛਾ ਜੀ ਸੌਖਾ ਹੀ ਮੈਂ ਪੁੱਛਣਾ
अच्छा भाई औखा मानी कितो लिया भी ये सन्याले दा मानी कौन दसेगा ओए सैन साहब जी सैन बाबा जी औखा पूछ लिया जी अच्छा ज्यादा ही औखा पूछ लिया व्याले दा मानी दसो हां हूं अधी सड़कां गलियां मल्ले व्याले ओ कोई और साहब रास्ता हाँ रास्ता ठीक है ये सन्याले रफिगुरा अच्छा गल सुनो रास्ता वास्ते रास्ता वास्ते की प्रोला ने इटालियन च बोलिया ना पेजेस विच शाबाश रास्ता वास्ते रोड कुर्सिया व्याले या व्याले फिर शाबाश फिर उसके बाद बड़े दिमाग दा काम है जिन्हें बोलना है ना इटालियन लफ्ज चु कड के बोलना ये बड़ी गल होंदी है व्याले स्ट्रादा स्ट्रादा भी ठीक है रोड वाला पिस्ता पिस्ता वेरी गुड मार्चो पिस्ता कोर्सिया स्ट्रादा दो रह गए ने कभी दस दियो ना छक्का हो जाने साडा मार्चा मार्चा भी आंदे जिस तरह जी मेरा सवाल ये सी के स्ट्रादा या रास्ता वाते इटालियन च की प्रोले लांदा है पतेंते वाला स्टूडेंट ने दसया जी व्याले पिस्ता स्ट्रादा कोर्सिया तीन रारियो पांच हो गए तीन रारियो छेवा दसोगे फिर छक्का बज जाना है बाउंड्री तो बाहर गेम चला जाना है तीन रारियो में दसया ना आखिरी सी पिर कोर्सो कौन करेगा ए पिर कोर्सो कितने वाले लिखे है पिर कोर्सो अच्छा भाई ए, लो जी एक स्टूडेंट बोले अली दूसरे ने मौका दियो तुसी माशाल्लाह ब्रावी हो गए हो अली नू फिर दसना पैना है नहीं तो फिर भाई अच्छा जी अच्छा जी सर वाले व्याले एक व्याले पिस्ता दो कोर्सिया तीन फिर कोर्सो फिर कोर्स चार शाबाश हाँ सर कर जाता नहीं ओके व्याले पिस्ता कोर्सिया फिर कोर्स चार हो गए इतनी निराली हो गए उन्हें एक बीच में निकल ही जाना है ये बड़ा कम खराब होता है व्याले कोर्सिया पिस्ता इतनी निराली हो स्ट्रादा हाँ स्ट्रादा सी छेवा हो गया बल्ले 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 भाई लो जी वेरी गुड हो गया कर लो आराम कोई क्वेश्चन है तो डिजाइन चार्ज दे लेसन दे बारे ते पूछ सकते हो बाकी फिर बैठेंगे अगले लेसन च क्वेश्चन है तो कर सकते हो बाकी नु अल्लाह हाफिज अस्सलाम वालेकुम एंड सत श्री अकाल जी बाय बाय ओके सर ठीक है सर ओके अल्लाह हाफिज अली पटेल अल्लाह हाफिज सर अली पटेल जिंदाबाद थैंक यू